ਫਿਲੀਪੀਨਜ਼ ਦੇ ਸਿਬੂ ਸ਼ਹਿਰ 'ਚ ਰੋਜ਼ੀ ਰੋਟੀ ਕਮਾਉਣ ਗਏ ਜਲੰਧਰ ਜ਼ਿਲ੍ਹੇ ਦੇ ਪਿੰਡ ਹਰੀਪੁਰ ਦੇ ਜੰਮਪਲ ਗਗਨਦੀਪ ਸਿੰਘ ਦੀ ਕੁਝ ਨਕਾਬਪੋਸ਼ ਲੋਕਾਂ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਮੰਦਭਾਗੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਅਤੇ ਚਾਚਾ ਬਲਦੇਵ ਸਿੰਘ ਨੇ ਦੱਸਿਆ ਕਿ ਗਗਨਦੀਪ ਇਸ ਸਾਲ 25 ਜਨਵਰੀ ਨੂੰ ਰੋਜ਼ੀ ਰੋਟੀ ਕਮਾਉਣ ਲਈ ਫਿਲੀਪੀਨਜ਼ ਗਿਆ ਸੀ, ਜਿੱਥੇ ਕਿ ਉਹ ਫਾਈਨੈਂਸ ਦਾ ਕੰਮ ਕਰਦਾ ਸੀ ਅਤੇ ਉਹਨਾਂ ਨੂੰ ਕੱਲ੍ਹ ਖਬਰ ਮਿਲੀ ਕਿ ਗਗਨਦੀਪ ਦੀ ਕਿਸੇ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਨਾ ਜੀ, ਤੁਹਾਡਾ? ਮਲਕੀਤ ਸਿੰਘ। ਮਲਕੀਤ ਜੀ, ਕਦੋਂ ਗਿਆ ਸੀ ਤੁਹਾਡਾ ਬੇਟਾ ਬਾਹਰ? ਉਹਨੂੰ 7-8 ਮਹੀਨੇ ਹੋਏ ਗਏ ਨੂੰ, ਅਜੇ ਜਨਵਰੀ 27 ਤਰੀਕ ਨੂੰ ਗਿਆ ਸੀ। ਅਤੇ ਕੀ ਗੱਲ ਹੋਈ? ਗੱਲ ਪਤਾ ਨਹੀਂ, ਹੁਣ ਆਊਗਾ ਤਾਂ ਪਤਾ ਲੱਗੂਗਾ। ਕੋਈ ਅਸਲੀ ਮਤਲਬ ਆਪਣਾ ਬੰਦਾ ਹੋਵੇ ਤਾਂ ਫਿਰ ਤਾਂ ਪਤਾ ਲੱਗ ਸਕਦਾ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਉਹਦੀ? ਉਹ ਫੋਨ ਕਿਸੇ ਮੁੰਡੇ ਨੂੰ ਕੀਤਾ। ਉਹਨਾਂ ਨੇ ਵੀ ਨਹੀਂ ਦੱਸਿਆ ਵੀ ਕੀ ਗੱਲ ਹੋਈ? ਨਹੀਂ, ਹਾਂ, ਉਹਨਾਂ ਨੇ ਇਹੀ ਦੱਸਿਆ ਵੀ ਗੋਲੀ ਲੱਗ ਗਈ, ਬਸ ਹੋਰ ਨਹੀਂ ਕੁਛ। ਅਤੇ ਪੁਲਿਸ ਨੇ ਇਨਫੋਰਮ ਨਹੀਂ ਕੀਤਾ ਤੁਹਾਨੂੰ? ਨਹੀਂ ਨਹੀਂ, ਪੁਲਿਸ ਨੇ ਕੋਈ ਨਹੀਂ ਕੀਤਾ। ਤਾਂ ਹੁਣ ਉਹਨੂੰ ਇੰਡੀਆ ਲਿਆ? ਹਾਂ ਹਾਂ। ਕੀ ਕਰ ਰਹੇ ਹੋ ਤੁਸੀਂ? ਅਸੀਂ ਬੜਾ ਕਾਗਜ਼ ਭੇਜ ਕੇ ਆਏ ਹਾਂ, ਸ਼ਾਇਦ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਆ ਜਾਵੇ। ਕੀ ਕੰਮ ਕਰਦਾ ਸੀ ਉੱਥੇ? ਬਿਜ਼ਨਸ ਕਰਦਾ ਸੀ। ਕਿੰਨੇ ਸਾਲਾਂ ਦਾ ਸੀ? ਕਿੰਨੇ ਸਾਲਾਂ ਦਾ ਸੀ? ਉਹ ਸਾਲ ਤੋਂ ਤਾਂ ਖੁੱਲ੍ਹੇ ਹੀ ਆ, ਉੱਥੇ ਕਾਗਜ਼ ਪੱਕ ਉਹਦਾ ਪੱਕਾ ਹੋ ਗਿਆ ਸੀ। ਕਿੰਨੇ ਉਮਰ ਕੀ? ਉਮਰ ਉਹਦੀ ਸੀਗੀ 28 ਸਾਲ। ਮੈਰਿਡ ਸੀ? ਮੈਰਿਡ ਨਹੀਂ, ਮੈਰਿਡ ਨਹੀਂ, ਅਨਮੈਰਿਡ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਮਤਲਬ ਕੀ ਕਹਿ ਸਕਦੇ ਹਾਂ ਆਪਾਂ ਐਡੀ ਦੂਰ ਬੈਠੇ ਹਾਂ? ਗੋਲੀਆਂ ਮਾਰ ਦਿੱਤੀਆਂ ਤਾਂ 11 ਕੁ ਵਜੇ ਪਤਾ ਲੱਗਾ ਇੱਥੇ। ਠੀਕ ਹੈ, ਪੇਪਰ 'ਤੇ ਬਣਾ ਕੇ ਭੇਜਣੇ ਆ, ਉਹ ਤੋਂ ਬਾਅਦ ਪਤਾ ਲੱਗੂਗਾ। 27 ਸਾਲ ਸੀ ਤਕਰੀਬਨ, 25 ਜਨਵਰੀ ਨੂੰ ਗਿਆ ਸੀ ਸਾਲ। ਨਹੀਂ, ਹੁਣ ਹੁਣ ਹੀ ਗਿਆ ਸੀਗਾ, ਪਹਿਲਾਂ ਸੋਨਾ ਲਿਖਿਆ ਕੰਮ ਕਰਦਾ ਸੀ। ਠੀਕ ਹੈ ਜੀ। ਆਪਣਾ ਫਾਈਨਸ ਇਹਦੇ ਵਜ੍ਹਾ ਅਸੀਂ ਹੁਣ ਇੱਥੇ ਆਉਣੇ, ਅਸੀਂ ਕੁਛ ਕਹਿ ਨਹੀਂ ਸਕਦੇ ਇਸ ਕਰਕੇ।